ਇੱਕ ਦਫਾ ਦਾ ਵਾਕਾ ਹੈ, ਉਰਸ ਹੋ ਰਿਹਾ ਸੀ ਸਰਕਾਰ ਦੀ ਯਾਦ ਦੇ ਵਿੱਚ, ਜਿਸ ਤਰ੍ਹਾਂ ਅੱਜ ਮਹਿਫਲ ਸੱਜੀ ਹੈ ਉਸ ਵਕਤ ਵੀ ਮਹਿਫਲ ਸੱਜੀ ਸੀ। ਅਤੇ ਲੰਗਰ ਤਕਸੀਮ ਕਰਨ ਦੀ ਗੱਲ ਆ ਗਈ ਤਾਂ ਥੋੜ੍ਹਾ ਜਿਹਾ ਸ਼ੋਰ ਵਿੱਚ ਆ ਗਿਆ। ਸਾਈਂ ਸਾਹਿਬ ਸਰਕਾਰ ਦੇ ਆਸ਼ਕ ਹੀਰੇ ਲਾਲ, ਮੈਂ ਇਸ ਲਾਇਕ ਨਹੀਂ ਕਿ ਮੈਂ ਉਹਨਾਂ ਦੀ ਤਾਰੀਫ ਕਰ ਸਕਾਂ। ਪੀਰ ਸਾਹਿਬ ਸਰਕਾਰ ਨੇ ਖੁਦ ਫਰਮਾਇਆ ਕਿ ਅੱਜ ਲੰਗਰ ਮੈਂ ਤਕਸੀਮ ਕਰਾਂਗਾ। ਬੜੀ ਮਖਲੂਕ ਜੇ ਸਰਕਾਰ ਨੇ ਲੰਗਰ ਤਕਸੀਮ ਕੀਤਾ ਅਤੇ ਇੱਕ ਇੱਕ ਨੂੰ ਜਾ ਕੇ ਆਪਣੇ ਦਸਤ ਮੁਬਾਰਕ ਨਾਲ ਅਤਾ ਫਰਮਾਇਆ। ਜ਼ਿਆਦਾ ਮੈਂ ਨਹੀਂ ਵਕਤ ਲੈਂਦਾ, ਅੱਜ ਉਸ ਅੱਲਾ ਦੇ ਪਿਆਰੇ ਬੰਦੇ ਦੇ, ਉਸ ਆਸ਼ਕ ਦੀ, ਉਸ ਕਾਮਲ ਮਰਦ ਦੇ ਨਿਸ਼ਾਨੀ ਹੈ ਸਾਡੇ ਸਾਹਮਣੇ। ਮੈਂ ਨਹੀਂ ਉਹਨਾਂ ਨੂੰ ਸੁਨੇਹਾ ਭੇਜਿਆ, ਮੈਂ ਨਹੀਂ ਆਖਿਆ, ਸਾਈਆਂ ਨੇ ਖੁਦ ਹੀ ਬੁਲਾ ਲਿਆ। ਸਾਈਆਂ ਦੀ ਮਰਜ਼ੀ ਕਿ ਆਓ ਇੱਥੇ ਆ ਕੇ ਡਿਊਟੀ ਕਰੋ। ਉਹ ਸਾਹਿਬਜ਼ਾਦਾ ਸਾਹਿਬ ਤਸ਼ਰੀਫ ਲਏ ਨੇ ਤਾਂ ਮੈਨੂੰ ਬੜੀ ਖੁਸ਼ੀ ਹੋਈ ਜਿਸ ਵਕਤ ਉਹਨਾਂ ਨੇ ਮੈਕ ਨੂੰ ਹੱਥ ਲਾਇਆ। ਉਹਨਾਂ ਦਾ ਤਾਰਫ ਮੈਂ ਨਹੀਂ ਕਰਾਉਂਦਾ, ਤੁਹਾਨੂੰ ਆਪ ਹੀ ਤਾਰਫ ਪਿਆ ਹੋਵੇ ਦਾ। ਅਤੇ ਨਾਲੇ ਉਹਨਾਂ ਦੇ ਗੱਲ ਸੁਣੀਏ, ਉਹ ਨੂਰ ਵੰਡਦੇ ਨੇ, ਖਜ਼ਾਨੇ ਵੰਡਦੇ ਨੇ, ਇੱਕ ਇਸ ਪਾਸੇ ਖਜ਼ਾਨੇ ਵੰਡਣ ਵਾਲੇ, ਇੱਕ ਇਸ ਪਾਸੇ ਖਜ਼ਾਨੇ ਵੰਡਣ ਵਾਲੇ, ਅਸੀਂ ਵਸੂਲ ਕਰਨੇ ਆ ਝੋਲੀਆਂ ਭਰਨੇ ਵਾਲੇ ਵਿੱਚ, ਅਤੇ ਰਲ ਮਿਲ ਕੇ ਤਾਂ ਨਫ਼ਾ ਕਮਾ ਲਈਏ। ਇੰਨੀ ਗੱਲ 'ਤੇ ਮੈਂ ਇੱਕ ਦਫ਼ਾ ਕਰਨਾ, ਹੁਣ ਸਭ ਜ਼ਿਆਦਾ ਸਭ ਤਸ਼ਰੀਫ ਲਿਆਉਂਦੇ ਨੇ।